ਸੋਸ਼ਲ ਮੀਡੀਆ ਅੱਜ ਦੇ ਸਮੇਂ ਅਜਿਹਾ ਹਥਿਆਰ ਬਣ ਚੁੱਕਿਆ ਜਿਸ ਦੇ ਚੰਗੇ ਅਤੇ ਮਾੜੇ ਦੋਵੇਂ ਪ੍ਰਭਾਵ ਸਾਹਮਣੇ ਆ ਰਹੇ ਨੇ। ਜੇਕਰ ਆਪਾਂ ਗੱਲ ਕਰੀਏ ਇਸ ਦੇ ਚੰਗੇ ਪ੍ਰਭਾਵਾਂ ਦੀ ਤਾਂ ਸੁਸਾਇਟੀ ਨੂੰ ਜਾਗਰੂਕ ਕਰਨ, ਮਾੜੇ ਅੰਸਰਾਂ ਦਾ ਭਾਂਡਾ ਭੰਨਣ ਅਤੇ ਲੋਕਾਂ ਦੀ ਜਾਣਕਾਰੀ ਵਧਾਉਣ 'ਚ ਇਸ ਦਾ ਅਹਿਮ ਯੋਗਦਾਨ ਸਾਹਮਣੇ ਆ ਰਿਹਾ। ਸਮਾਜ 'ਚ ਅਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਨੇ ਜਿਸ ਬਾਰੇ ਸੋਚਣ ਲੱਗਿਆਂ ਵੀ ਰੂਹ ਕੰਬ ਜਾਂਦੀ ਹੈ। ਅਜਿਹੀਆਂ ਹੀ ਘਟਨਾਵਾਂ ਹਾਲ ਹੀ 'ਚ ਵਿਦੇਸ਼ 'ਚ ਵੱਡੇ ਪੱਧਰ 'ਤੇ ਸਾਹਮਣੇ ਆਈਆਂ ਨੇ ਜਿਸ ਨੇ ਸਭ ਨੂੰ ਸ਼ਰਮਸਾਰ ਕੀਤਾ। ਦਰਅਸਲ ਵਿਦੇਸ਼ਾਂ 'ਚ ਨਾਬਾਲਗ ਕੁੜੀਆਂ ਨਾਲ ਸਰੀਰਕ ਸੰਬੰਧ ਬਣਾਉਣ ਲਈ ਤਰਲੋ ਮੱਛੀ ਹੁੰਦੇ ਕਈ ਲੋਕਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ। ਇਹ ਲੋਕ ਸੋਸ਼ਲ ਮੀਡੀਆ 'ਤੇ ਨਾਬਾਲਗ ਕੁੜੀਆਂ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਹਾਲਾਂਕਿ ਇਹ ਜਾਣਨ ਦੇ ਬਾਵਜੂਦ ਕਿ ਇਹ ਸਭ ਕਾਨੂੰਨੀ ਜੁਰਮ ਹੈ। ਅਜਿਹੀਆਂ ਘਟਨਾਵਾਂ ਸਮਾਜ ਨੂੰ ਸ਼ਰਮਸਾਰ ਕਰ ਰਹੀਆਂ ਨੇ। ਹਾਲਾਂਕਿ ਅਜਿਹੇ ਲੋਕਾਂ ਦਾ ਭਾਂਡਾ ਭੰਨਣ ਲਈ ਇੱਕ ਸੰਸਥਾ ਅੱਗੇ ਆਈ ਹੈ ਜਿਸ ਨੇ ਅਜਿਹੇ ਲੋਕਾਂ ਨੂੰ ਜਨਤਕ ਕੀਤਾ। ਸੰਸਥਾ ਦੇ ਇਸ ਉਪਰਾਲੇ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ। ਇੱਥੇ ਇੱਕ ਕ੍ਰੀਪਰਸ ਕੈਚਰ ਨਾਂ ਦੀ ਸੰਸਥਾ ਬਣੀ ਹੋਈ ਹੈ ਜਿਹੜੀ ਉਹਨਾਂ ਲੋਕਾਂ ਦਾ ਪਰਦਾਫਾਸ਼ ਕਰਦੀ ਹੈ ਜੋ ਮਾਈਨਰ ਬੱਚਿਆਂ ਦੇ ਨਾਲ ਨਜਾਇਜ਼ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੂੰ ਇਹ ਪਤਾ ਵੀ ਹੁੰਦਾ ਹੈ ਕਿ ਅਗਲਾ ਜਿਹੜਾ ਉਹਨਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਰਾਬਤਾ ਕਾਇਮ ਕਰ ਰਿਹਾ ਆ ਉਹ ਮਾਈਨਰ ਆ, ਉਹ ਛੋਟਾ ਹੈ, 18 ਸਾਲ ਤੋਂ ਛੋਟਾ ਆ ਉਹਦੇ ਨਾਲ ਜਾਂ 13 ਸਾਲ ਤੋਂ ਛੋਟਾ ਹੈ ਉਹਦੇ ਨਾਲ ਵੀ ਉਹ ਸੰਬੰਧ ਬਣਾਉਣ ਲਈ ਤਿਆਰ ਹੁੰਦੇ ਨੇ ਔਰ ਉਹ ਉਹਨਾਂ ਲੋਕਾਂ ਦੀ ਵੀਡੀਓ ਬਣਾ ਕੇ ਰਿਕਾਰਡਿੰਗ ਕਰਕੇ ਉਹਨਾਂ ਦੀ ਜਿਹੜੀ ਕਨਵਰਸੇਸ਼ਨ ਆ ਉਹਨੂੰ ਰਿਕਾਰਡ ਕਰਕੇ ਅਤੇ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਉਹ ਐਕਸਪੋਜ਼ ਕਰਦੇ ਨੇ ਔਰ ਉਸ ਐਕਸਪੋਜ਼ ਕਰਨ ਦੇ ਨਾਲ ਉਹ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਵਾਉਂਦੇ। ਸਜ਼ਾ ਦਵਾਉਣਾ ਜਿਹੜਾ ਆ ਉਹ ਪੁਲਿਸ ਦਾ ਜਾਂ ਇੱਥੋਂ ਦੇ ਕਾਨੂੰਨ ਦਾ ਕੰਮ ਆ, ਉਹ ਸਿਰਫ ਇੱਕ ਉਹਨਾਂ ਦੀ ਜਿਹੜੀ ਕਨਵਰਸੇਸ਼ਨ ਆ ਜਿਹੜੀ ਉਹਨਾਂ ਦੀ ਵਾਰਤਾਲਾਪ ਹੋਈ ਆ ਉਹਨੂੰ ਉਹ ਪਬਲਿਕਲੀ ਸ਼ੇਅਰ ਕਰਦੇ ਨੇ ਤਾਂ ਕਿ ਉਹਨਾਂ ਦੇ ਦੋਸਤ ਮਿੱਤਰ ਜਾਂ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹ ਉਹਨੂੰ ਦੇਖਣ ਅਤੇ ਉਹ ਇਸ ਗੱਲ ਤੋਂ ਸਬਕ ਲੈਣ ਦੂਸਰੇ ਹੋਰ ਵੀ ਲੋਕ ਤਾਂ ਕਿ ਇਸ ਤਰ੍ਹਾਂ ਦਾ ਕੋਈ ਕਦਮ ਨਾ ਚੁੱਕੇ ਜਿਹਦੇ ਵਿੱਚ ਮਾਈਨਰ ਬੱਚਿਆਂ ਦੇ ਨਾਲ ਬਦਸਲੂਕੀ ਹੁੰਦੀ ਹੋਵੇ। ਕੈਨੇਡਾ ਦੇ ਅੱਡ ਅੱਡ ਸੂਬਿਆਂ 'ਚ ਹਰ ਸ਼ਹਿਰਾਂ 'ਚ ਇਹਨਾਂ ਦੇ ਇੱਕ ਮਤਲਬ ਗਰੁੱਪ ਆ ਜੋ ਕਮਿਊਨਿਟੀਲੀ ਕੰਮ ਕਰਦੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ। ਅਤੇ ਜਿਵੇਂ ਹੁਣ ਸਾਈਟਸ ਆ ਵੀ ਅਡਲਟ ਕਹਿ ਲਓ ਵੀ ਜਿਹੜੇ ਬੰਦੇ ਬੱਚਿਆਂ ਬਾਰੇ ਜਾਂ ਹੋਰ ਬੱਚਿਆਂ ਬਾਰੇ ਨਹੀਂ ਕਹਿ ਸਕਦੇ ਵੀ ਜਿਹੜੇ ਆਪਣੇ ਅਡਲਟ ਸਾਈਟਸ 'ਤੇ ਜਾਂਦੇ ਨੇ ਅਤੇ ਇੱਥੇ ਰਾਬਤਾ ਬਣਾਉਣਾ ਚਾਹੁੰਦੇ ਨੇ ਆਪਣਾ ਪ੍ਰੋਸੀਕਿਊਟਸ ਨਾਲ ਜਾਂ ਅਤੇ ਉੱਥੇ ਉਹ ਬੰਦੇ ਜਿਹੜੇ ਕ੍ਰੀਪ ਕੈਚਰਸ ਨੇ ਉਹ ਬੱਚਿਆਂ ਦੇ ਨਾਂ ਤੋਂ ਆਈਡੀ ਬਣਾ ਕੇ ਅਤੇ ਆਪਦੇ ਨੂੰ ਅੰਡਰੇ ਸ਼ੋ ਕਰਕੇ ਉਹ ਅਪਰੋਚ ਕਰਦੇ ਨੇ। ਜਿਹੜੇ ਬੰਦੇ ਅਪਰੋਚ ਕਰਦੇ ਨੇ ਕੁੜੀਆਂ ਨਾਲ ਇਹ ਗੱਲ ਕਰਨੀ ਆ ਵੀ ਅਸੀਂ ਸਾਨੂੰ ਸੈਕਸ ਰਿਲੇਟਡ ਜਾਂ ਕੋਈ ਸਾਨੂੰ ਕਿਸ ਚੀਜ਼ ਦੀ ਲੋੜ ਆ ਅਤੇ ਪਰ ਜਦੋਂ ਉਹ ਅਪਰੋਚ ਕਰਕੇ ਕੋਈ ਅਪਰੋਚ ਉਹਨਾਂ ਤੱਕ ਕਰਦਾ ਆ ਤਾਂ ਉਹ ਟਾਰਗੇਟ ਕਰਦੇ ਨੇ ਵੀ ਅਸੀਂ ਦੱਸਦੇ ਨੇ ਵੀ ਅਸੀਂ 13 ਸਾਲ ਦੇ ਹਾਂ, ਅਸੀਂ 12 ਸਾਲ ਦੀ ਬੱਚੀ ਹਾਂ, ਮੈਂ 14 ਸਾਲ ਦੀ ਹਾਂ ਅਤੇ ਉਹ ਫਿਰ ਕਹਿੰਦੇ ਨੇ ਵੀ ਠੀਕ ਹੈ ਤੂੰ ਸਾਨੂੰ ਮਿਲੇਗਾ ਜਾਂ ਅਸੀਂ ਕਿੱਥੇ ਮਿਲੀਏ, ਮੈਂ 14 ਸਾਲ ਦੀ ਹਾਂ, ਮੈਂ 12 ਸਾਲ ਦੀ ਕੁੜੀ ਹਾਂ, ਮੇਰੇ ਡੈਡ ਮੋਮ ਅੱਡ ਰਹਿੰਦੇ ਨੇ ਜਾਂ ਮੈਨੂੰ ਥੋੜ੍ਹੀ ਬਹੁਤੀ ਫਾਈਨੈਂਸ਼ੀਅਲ ਲੋੜ ਹੈ ਤਾਂ ਬੰਦੇ ਅੱਡ ਅੱਡ ਕਮਿਊਨਿਟੀਜ਼ ਦੇ ਅਤੇ ਯੂਟਿਊਬ 'ਤੇ ਆਪਾਂ ਸਰਚ ਕਰ ਸਕਦੇ ਹਾਂ ਕ੍ਰੀਪ ਕੈਚਰਸ ਦੇ ਨਾਂ ਤੋਂ ਹਰ ਸ਼ਹਿਰ 'ਤੇ ਸ਼ਹਿਰ ਦਾ ਨਾਂ ਪਾ ਲਓ ਉੱਥੋਂ ਦੀਆਂ ਵੀਡੀਓਜ਼ ਆ ਜਾਂਦੀਆਂ। ਉਹ ਸਿਰਫ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਦੇ ਨੇ ਜਾਂ ਪੁੱਛਦੇ ਨੇ ਉਹਨਾਂ ਨੂੰ ਸਵਾਲ ਜਵਾਬੀ। ਜਦੋਂ ਇਹ ਗੱਲਬਾਤ ਇੱਦਾਂ ਦੀ ਚੱਲਦੀ ਆ ਉਹ ਚੈਟ ਲੌਕਸ ਉਹਨਾਂ ਦੇ ਦੇਖਦੇ ਨੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਨੇ, ਮੈਸੇਜਿਸ ਸ਼ੇਅਰ ਕਰਦੇ ਨੇ ਇੱਕ ਦੂਜੇ ਨਾਲ, ਉਹਨਾਂ ਦਾ ਪਰਦਾਫਾਸ਼ ਕਰਦੇ ਤਾਂ ਜੋ ਉਹਨਾਂ ਦੇ ਪਰਿਵਾਰ ਕੇ ਉਹ ਕੋਈ ਪੁਲਿਸ ਨਾਲ ਨਹੀਂ ਕੋਈ ਰਿਲੇਟਡ ਨਹੀਂ ਕੁਛ ਨਹੀਂ, ਹਾਂ ਐਕਸਟ੍ਰੀਮ ਤਾਂ ਕੁਛ ਜਾਵੇ ਮੈਂ ਕਹਿ ਨਹੀਂ ਸਕਦਾ।
ਇਹਨਾਂ ਘਟਨਾਵਾਂ 'ਚ ਵੱਡੀ ਉਮਰ ਦੇ ਲੋਕ ਗਲਤ ਗਤੀਵਿਧੀਆਂ 'ਚ ਫਸ ਆਪਣੀ ਇੱਜ਼ਤ ਤੇ ਆਪਣਾ ਰੁਤਬਾ ਗਵਾ ਬੈਠਦੇ ਨੇ। ਸਮਾਜ ਲਈ ਮਾੜੀ ਗੱਲ ਇਹ ਹੈ ਕਿ ਇਸ 'ਚ ਕਿਸੇ ਇੱਕ ਹੀ ਕਮਿਊਨਿਟੀ ਦੇ ਹੀ ਲੋਕ ਸ਼ਾਮਲ ਨੇ ਬਲਕਿ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਨੇ। ਅਜਿਹੀਆਂ ਘਟਨਾਵਾਂ ਨੇ ਛੋਟੀਆਂ ਬੱਚੀਆਂ ਦੇ ਮਾਪਿਆਂ ਨੂੰ ਵੀ ਫਿਕਰਾਂ 'ਚ ਪਾ ਦਿੱਤਾ ਹੈ। ਸਮਾਜ ਦਾ ਡਿੱਗਦਾ ਜਾ ਰਿਹਾ ਮਿਆਰ ਉਹਨਾਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਗਲਤ ਹੱਥਾਂ 'ਤੇ ਚੜ੍ਹਨ ਤੋਂ ਕਿਸ ਤਰ੍ਹਾਂ ਬਚਾ ਸਕਦੇ ਨੇ। ਇਕੱਲੇ ਵਿਦੇਸ਼ 'ਚ ਨਹੀਂ ਪੰਜਾਬ ਵਰਗੇ ਸੂਬੇ 'ਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਸੋਸ਼ਲ ਮੀਡੀਆ ਦਾ ਹਥਿਆਰ ਵਰਤ ਮਾੜੀ ਸੋਚ ਵਾਲੇ ਲੋਕ ਸਮਾਜ ਨੂੰ ਖੋਰਾ ਲਾ ਰਹੇ ਨੇ। ਲੋੜ ਹੈ ਅਜਿਹੇ ਲੋਕਾਂ ਦੀ ਪਛਾਣ ਕਰ ਉਹਨਾਂ ਨੂੰ ਠੱਲ ਪਾਉਣ ਦੀ ਤਾਂ ਜੋ ਸਮਾਜਿਕ ਕਦਰਾਂ ਕੀਮਤਾਂ ਨੂੰ ਖਤਮ ਹੋਣੋਂ ਬਚਾਇਆ ਜਾ ਸਕੇ। ਇਸ ਸਭ ਲਈ ਹਰ ਵਰਗ ਦੇ ਲੋਕਾਂ ਨੂੰ ਇਕੱਠਿਆਂ ਹੋ ਮੁਹਿੰਮ ਚਲਾਉਣੀ ਚਾਹੀਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ? ਚੱਲ ਚੱਲ 5:30 ਬੈਂਡ ਨਾਲ ਸਿਡਨੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ। ਚੱਲ ਬੈਠ ਜਾ ਕੇ ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 51% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ ਹੈ? ਉਹ ਕਾਲੇ ਤਾਂ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73-74-75 Sector 17D ਚੰਡੀਗੜ੍ਹ ਕੰਟੈਕਟ 0181-5049-999